ਪੀਰਾਂ ਦਾ ਅਸੀਂ ਬੋਲੇ ਬੋਲ ਪਗਾਈ ਦੇ ਗੱਲ ਪੱਲੇ ਬੰਨ ਕੇ ਰੱਖ ਸਜਣਾ ਅਸੀਂ ਪੈਸੇ ਪਿੱਛੇ ਯਾਰ ਨਹੀਂ ਵਟਾਈ ਦੇ ਅਸੀਂ ਪੈਸੇ ਪਿੱਛੇ ਯਾਰ ਨਹੀਂ ਵਟਾਈ ਦੇ ਲੈ ਬਿੰਦੇ ਪੱਲਣਾ ਕਿਹਦਾ ਭਾਰੀ ਹੈ ਸ਼ਾਨਵੀਰ ਲਗਭਗ 19 ਕੁ ਸਾਲ ਦਾ ਹੈ ਸ਼ਾਨਵੀਰ ਕੁਝ ਕਰਨਾ ਪੈਣਾ 1,31,000 ਹੈ ਬਹੁਤੀ ਵਧੀਆ ਕੁਸ਼ਤੀ ਜਿਹੜੀ ਖਾਣੇ ਦੇ ਵਿੱਚ ਹੈ ਕਿ ਮਾਰੇ ਨੂੰ ਮਾਰ ਕੇ ਦਬਕਾ ਬਹੁਤਾ ਰੋਬ ਨਹੀਂ ਉਹ ਪਾਈਦਾ ਜਿਹਦੇ ਸਿਰ ਤੇ ਪਿਓ ਨਾ ਹੋਵੇ ਉਹਨੂੰ ਨਹੀਂ ਸਤਾਈਦਾ ਔਖੇ ਸੌਖੇ ਲੰਘ ਜਾਂਦੇ ਨੇ ਤਿੰਨ ਜੋ ਤੰਗੀ ਦੇ ਬਾਪੂ ਗੱਲ ਗੂਠਾ ਦੇ ਕੇ ਪੈਸੇ ਨਹੀਂ ਮੰਗੀ ਦੇ ਬਾਪੂ ਗੱਲ ਗੂਠਾ ਦੇ ਕੇ ਪੈਸੇ ਨਹੀਂ ਮੰਗੀ ਦੇ ਜਿਹੜੇ ਜਿਹੜੇ ਮਾਂ ਬਾਪ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਜ਼ੋਰਦਾਰ ਮਾਮਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਮਾਮਾ ਦੇ ਹਰਜਾਨੇ ਲੋਕ ਕੌਣ ਪਰੇ ਮਾਮਾ ਠੰਡੀਆਂ ਸ਼ਾਮਾਂ ਇੱਧਰ ਤੌਣ ਤੇ ਹੱਥ ਮਿਰਜ਼ਾ ਰੱਖ ਲੈ ਔਰ ਦੂਸਰੇ ਪਾਸੇ ਸ਼ਾਨਵੀਰ ਅੱਲਣ ਰੇਸ ਦਾ ਵਧੀਆ ਖਿਡਾਰੀ ਹੈ ਬਹੁਤ ਹੀ ਵਧੀਆ ਕੁਸ਼ਤੀ ਅਖਾੜੇ ਚੱਲਦੀ ਪਈ ਜਿੱਤ ਪ੍ਰਾਪਤ ਕਰੂਗਾ 1,31,000 ਔਰ ਜਿਹੜਾ ਇਨਾਮ ਹੈ ਸਟੇਜ ਤੋਂ ਕੌਣ ਹਾਸਲ ਕਰਦਾ ਹੈ ਕਿ ਸਾਹਾਂ ਵਾਲੇ ਰਸਤੇ ਟੁੱਟਦੇ ਦੇਖੇ ਮੈਂ ਜਿਹਨਾਂ ਕਰਕੇ ਅਸੀਂ ਰੱਬ ਰੁਸਾਲਿਆ ਸੀ ਸਮਾਂ ਆਉਣ ਤੇ ਉਹ ਵੀ ਰਸਤੇ ਦੇਖੇ ਨੇ ਅੱਖਾਂ ਨੂੰ ਵੀ ਐਵੇਂ ਪਾਸਾ ਵਹਿਮ ਪਿਆ ਕੀ ਕਰੀਏ ਦਰਿਆ ਵੀ ਸੁੱਕਦੇ ਦੇਖੇ ਨੇ ਕੀ ਕਰੀਏ ਦਰਿਆ ਵੀ ਸੁੱਕਦੇ ਦੇਖੇ ਨੇ ਬਹੁਤ ਵਧੀਆ ਕੁਸ਼ਤੀ ਖਾੜੇ ਚ ਬਗਲਾ ਭਰੀਆ ਹੋਈਆਂ ਹੈ ਉਹਦੇ ਪਾਸੇ ਲਾਉਂਦਾ ਨੇ ਕਹਿੰਦੇ ਕਿ ਮਿਰਜ਼ਾ ਖਾਨ ਇੱਕ ਹੱਥ ਕੁੜੀ ਹੈ ਧੌਣ ਤੇ ਹੱਥ ਹੈ ਮਿਰਜ਼ਾ ਰਾਲ ਵਧੀਆ ਮਲ ਦੋਲੇ ਜਿਹੜਾ ਜੋੜ ਹੈ ਵਧੀਆ ਇਤਿਹਾਸ ਕੌਣ ਰਚਦਾ ਹੈ ਕਿਉਂਕਿ ਜਨਤਾ ਜਲਾਲੁਦੀਨ ਦੇ ਜਿਹੜੇ ਕਿਆਫੇ ਹੈ ਅੰਦਾਜ਼ੇ ਹੈ ਇੱਕ ਮਲੇ ਭਾਰੂ ਹੈ ਪਰ ਕਿਹਾ ਕੁਝ ਨਹੀਂ ਜਾ ਸਕਦਾ ਕਿ ਅਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਅਜੇ ਤਾਂ ਪੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਹੋ ਤਾੜੀ ਮਾਰਿਓ ਤੇ ਪਰਮਾਤਮਾ ਨੂੰ ਜਿਹੜੇ ਪਿਆਰ ਕਰਦੇ ਹੈ ਪਿਆਰ ਕਰਦੇ ਰਹਿਣਾ ਚਾਹੀਦਾ ਸਤਿਗੁਰ ਸੱਚੇ ਪਾਤਸ਼ਾਹ
ਕਿਰਪਾ ਕਰਨ ਕਿ ਪੱਖਾ ਮਾਂ ਕਠੋਰ ਨਾ ਹੋਈਏ। ਦਿਲ ਵਿੱਚ ਤਰਸ ਜ਼ਰੂਰੀ ਏ, ਜਦੋਂ ਬੰਦੇ ਦੇ ਵਿੱਚ ਮਹਿ ਬਣ ਜਾਵੇ ਹਰ ਅਰਦਾਸ ਤੋਂ ਅਧੂਰੀ ਏ। ਜ਼ਿੰਦਗੀ ਚੱਲਦੀ ਔਰ ਸ਼ਾਮਾਂ ਵਰਗੀ ਮਿਰਜ਼ਾ ਇਰਾਦ